ਪਹਿਲਾਂ ਆਪਣੀ ਧੀ ਦੂਸਰੇ ਪਰਿਵਾਰ ਨੂੰ ਦਿੱਤੀ ਗੋਦ, ਹੁਣ 2 ਸਾਲ ਬਾਅਦ ਲੈ ਗਏ ਆਪਣੇ ਨਾਲ। ਪਾਲ ਰਹੇ ਪਰਿਵਾਰ ਨੇ ਲਗਾਏ ਕਿਡਨੈਪਿੰਗ ਦੇ ਇਲਜ਼ਾਮ। ਤਾਂ ਦੱਸ ਦਈਏ ਕਿ ਇੱਕ ਪਰਿਵਾਰ ਦੇ ਵੱਲੋਂ ਸੜਕ 'ਤੇ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਇੱਕ ਪਰਿਵਾਰ 'ਤੇ ਇਹਨਾਂ ਦੇ ਵੱਲੋਂ ਆਪਣੀ ਬੱਚੀ ਨੂੰ ਕਿਡਨੈਪ ਕਰਨ ਦੇ ਇਲਜ਼ਾਮ ਲਗਾਏ ਨੇ, ਜਿੱਥੇ ਇਸ ਮਹਿਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਸਾਲ ਪਹਿਲਾਂ ਇਸ ਪਰਿਵਾਰ ਨੇ ਆਪਣੀ ਬੱਚੀ ਸਾਡੀ ਝੋਲੀ ਪਾਈ ਸੀ ਅਤੇ ਇਹ ਪਰਿਵਾਰ ਫਿਰ ਵਿਦੇਸ਼ ਚਲਾ ਜਾਂਦਾ ਅਤੇ ਹੁਣ 2 ਸਾਲ ਬਾਅਦ ਆ ਕੇ ਇਹ ਮੇਰੀ ਬੱਚੀ ਆਪਣੇ ਨਾਲ ਲੈ ਗਏ ਨੇ। ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਪੀੜਿਤ ਮਹਿਲਾ ਨੇ ਦੱਸਿਆ ਕਿ ਉਹਨਾਂ ਨੂੰ ਪਰਿਵਾਰ ਨੇ ਆਪਣੀ ਬੱਚੀ ਗੋਦ ਦੇਣ ਦਾ ਵਾਅਦਾ ਕੀਤਾ ਸੀ। ਤਾਂ ਜਦੋਂ ਡਿਲੀਵਰੀ ਹੋਈ ਤਾਂ ਉਹਨਾਂ ਦੇ ਕੋਲ 2 ਜੁੜਵਾ ਬੱਚੀਆਂ ਹੁੰਦੀਆਂ ਨੇ, ਜਿਸ ਦੇ ਵਿੱਚੋਂ ਉਹਨਾਂ ਨੇ ਇੱਕ ਬੱਚੀ ਨੂੰ ਸਾਡੀ ਝੋਲੀ ਦੇ ਵਿੱਚ ਪਾਇਆ ਅਤੇ ਅਸੀਂ ਬਹੁਤ ਖੁਸ਼ ਸੀ। ਇਸ ਤੋਂ ਬਾਅਦ ਇਹ ਪਰਿਵਾਰ ਵਿਦੇਸ਼ ਚਲਾ ਜਾਂਦਾ ਅਤੇ ਇਹਨਾਂ ਨੂੰ ਕਈ ਵਾਰ ਅਸੀਂ ਡਾਕੂਮੈਂਟ ਆਪਣੇ ਨਾਮ ਕਰਨ ਨੂੰ ਕਿਹਾ ਗਿਆ, ਪਰ ਵਾਰ ਵਾਰ ਲਾਰੇ ਲਾਉਣ ਤੋਂ ਬਾਅਦ ਇਹਨਾਂ ਦੇ ਵੱਲੋਂ ਕੋਈ ਵੀ ਡਾਕੂਮੈਂਟ ਸਾਡੇ ਨਾਮ ਨਹੀਂ ਕੀਤਾ ਜਾਂਦਾ ਅਤੇ ਇਹ ਵਿਦੇਸ਼ ਚਲੇ ਜਾਂਦੇ ਨੇ। ਅਤੇ ਵਿਦੇਸ਼ ਜਾਣ ਤੋਂ ਬਾਅਦ ਵੀ ਇਹਨਾਂ ਦੇ ਵੱਲੋਂ ਸਾਡੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਅਤੇ ਬੱਚੀ ਦੇ ਨਾਲ ਵੀ ਇਹ ਲਗਾਤਾਰ ਗੱਲਬਾਤ ਕਰਦੇ ਰਹਿੰਦੇ ਨੇ। ਤਾਂ ਹੁਣ ਇਹ 2 ਸਾਲ ਬਾਅਦ ਵਾਪਸ ਵਿਦੇਸ਼ ਤੋਂ ਆਉਂਦੇ ਨੇ ਅਤੇ ਘਰ ਆ ਕੇ ਬੱਚੀ ਨੂੰ ਮਿਲਣ ਆਏ ਸੀ। ਤਾਂ ਬੱਚੀ ਨੂੰ ਖਾਣ ਦੇ ਬਹਾਨੇ ਬਾਹਰ ਲੈ ਗਏ ਅਤੇ ਫਿਰ ਮੁੜ ਕੇ ਵਾਪਸ ਨਹੀਂ ਆਉਂਦੇ, ਜਿਸ ਤੋਂ ਬਾਅਦ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਵਾਰ ਵਾਰ ਇਹੀ ਕਹਿੰਦੇ ਸੀ ਕਿ ਅਸੀਂ ਭੇਜ ਰਹੇ ਹਾਂ, ਅਸੀਂ ਹੁਣ ਭੇਜ ਰਹੇ ਹਾਂ। ਪਰ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਬੱਚੀ ਵਾਪਸ ਨਹੀਂ ਆਉਂਦੀ। ਤਾਂ ਪੀੜਿਤ ਮਹਿਲਾ ਨੇ ਕਿਹਾ ਕਿ ਆਧਾਰ ਕਾਰਡ ਅਤੇ ਹੋਰ ਡਾਕੂਮੈਂਟਸ 'ਤੇ ਵੀ ਬੱਚੀ ਦੇ ਮਾਤਾ ਪਿਤਾ 'ਤੇ ਸਾਡੇ ਹੀ ਨਾਂ ਨੇ, ਫਿਰ ਵੀ ਪੁਲਿਸ ਇਹਨਾਂ ਦੀ ਕੋਈ ਵੀ ਮਦਦ ਨਹੀਂ ਕਰ ਰਹੀ। ਤਾਂ ਉਹਨਾਂ ਮੰਗ ਕੀਤੀ ਹੈ ਕਿ ਸਾਨੂੰ ਸਾਡੀ ਬੱਚੀ ਵਾਪਸ ਕੀਤੀ ਜਾਵੇ। ਉਹਨਾਂ ਦੇ ਕੋਲ 2 ਬੱਚੇ ਸੀ ਉਸ ਟਾਈਮ 'ਤੇ, ਉਹ ਪ੍ਰੈਗਨੈਂਟ ਸੀਗੇ। ਉਹਨਾਂ ਨੇ ਇੱਕ ਬੱਚਾ ਦੇਣ ਦੇ ਇੱਛੁਕ ਸੀ ਉਸ ਟਾਈਮ 'ਤੇ। ਅਪੋਲੋ ਹੋਸਪਿਟਲ 'ਚ ਵੀ ਆਏ, ਇੱਕ ਕੁੜੀ ਹੈ ਜਗਜੋਤ ਕੌਰ ਜਿਹੜੀ ਉੱਥੇ, ਗੁਰਜੋਤ ਕੌਰ ਜਿਹੜੀ ਉੱਥੇ ਨੌਕਰੀ ਕਰਦੀ ਸੀ, ਉਹਨਾਂ ਦੇ ਥਰੂ ਸਾਨੂੰ ਪਤਾ ਚੱਲਿਆ ਕਿ ਉਹ ਬੱਚਾ ਦੇਣਾ ਚਾਹੁੰਦੇ ਆ। ਅਸੀਂ ਬੱਚਾ ਲੈਣ ਦੇ ਇੱਛੁਕ ਸੀ, ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਬੱਚਾ ਦੇਵਾਂਗੇ। ਇਸ ਦੌਰਾਨ ਉਹ ਸਾਡੇ ਘਰ ਆਉਂਦੇ ਜਾਂਦੇ ਰਹੇ ਆ, ਸਾਡੀ ਪੂਰੀ ਹੈਸੀਅਤ ਦੇਖ ਰਹੇ ਆ, ਸਭ ਕੁਝ। ਕਿੰਨੇ ਚਿਰ ਦੀ ਗੱਲ ਆ ਜੀ? ਇਹ ਜੀ ਉਹਨਾਂ ਦੀ 9 ਅਕਤੂਬਰ ਨੂੰ ਸਾਡੀ ਗੁੜੀਆ ਹੋਈ ਸੀ, ਉਸ ਤੋਂ 2-2.5 ਮਹੀਨੇ ਪਹਿਲੇ ਉਹ ਸਾਡੇ ਘਰ ਆਉਂਦੇ। ਜਦੋਂ ਕੁੜੀ ਤੁਹਾਨੂੰ ਦਿੱਤੀ ਗਈ ਸੀ ਕਿੰਨੇ ਚਿਰ ਦੀ ਸੀ? ਉਹ ਕੁਛ ਘੰਟੇ, 1 ਘੰਟੇ ਦੀ ਜੰਮਦੀ ਉਹਨਾਂ ਨੇ ਮੇਰੀ ਝੋਲੀ ਪਾਈ ਸੀ। ਤੁਸੀਂ ਕਿੰਨਾ ਚਿਰ ਰੱਖੀ ਆ? 2 ਸਾਲ ਵੀ, 2 ਸਾਲ ਹੁਣ ਮੇਰੇ 22 ਮਹੀਨੇ ਹੋ ਗਏ ਹੈ। ਉਹਨੂੰ ਮਿਲਣ ਵਾਸਤੇ ਬੁਲਾਇਆ ਤੇ ਚੁੱਕ ਕੇ ਲੈ ਗਏ ਬਿਨਾਂ ਮੇਰੀ ਪਰਮਿਸ਼ਨ ਤੋਂ। ਕੀ ਕਹਿੰਦੇ ਆ ਤੁਹਾਨੂੰ ਜਦੋਂ ਕੁੜੀ ਦਿੱਤੀ, ਤੁਹਾਡੇ ਕੋਲ ਕੋਈ ਲਿਖਤੀ ਰੂਪ 'ਚ ਤੁਸੀਂ ਉਹਨਾਂ ਕੋਲ? ਉਹਨਾਂ ਨੇ ਡਾਇਰੈਕਟ ਸਾਡੇ ਨਾਮ 'ਤੇ ਹੀ ਆਧਾਰ ਕਾਰਡ ਸਾਡੇ ਨਾਮ 'ਤੇ ਉਸੇ ਵੇਲੇ ਸਾਰੇ ਹੋਸਪਿਟਲ ਡਾਕੂਮੈਂਟ ਬਣਵਾ ਦਿੱਤੇ, ਉਸੇ ਵੇਲੇ ਸਾਡਾ ਨਾਮ 'ਤੇ ਬਰਥ ਸਰਟੀਫਿਕੇਟ ਬਣਵਾ ਦਿੱਤਾ। ਕਹਿੰਦੇ ਜੀ ਅਸੀਂ ਲਿਖੇ ਡਾਕੂਮੈਂਟ ਕਰ ਲਾਂਗੇ। ਉਸ ਤੋਂ ਬਾਅਦ ਉਹ ਬਾਹਰ ਚਲੇ ਗਏ, ਕੈਨੇਡਾ ਚਲੇ ਗਏ, ਕੋਈ ਲਿਖੇ ਡਾਕੂਮੈਂਟ ਉਹਨਾਂ ਨੇ ਨਹੀਂ ਕੀਤਾ। ਹੁਣ ਇੱਕਦਮ 2 ਸਾਲਾਂ ਬਾਅਦ ਵਿੱਚ ਮਿਲਦੇ ਰਹੇ ਆ, ਸਾਡੇ ਨਾਲ ਗੱਲਾਂ ਕਰਦੇ ਰਹੇ ਆ, ਸਾਨੂੰ ਕਹਿੰਦੇ ਮਿਲਾਉਣ ਵਾਸਤੇ ਲੈ ਆਓ ਅਤੇ ਚੁੱਕ ਕੇ ਲੈ ਗਏ ਇੱਕ ਵਾਰ ਉਹਨੂੰ। ਕਿਹੜੀ ਜਗ੍ਹਾ ਤੋਂ ਲੈ ਗਿਆ ਜੀ? ਪ੍ਰੂਫ ਤੁਹਾਡੇ ਕੋਈ ਨਹੀਂ ਆ? ਸਾਡੇ ਕੋਲ ਸਾਰੇ ਉਹਦੇ ਪ੍ਰੂਫ ਹੈ, ਬੱਚੇ ਦਾ ਇੱਕ ਸਰਕਾਰੀ ਕੰਨਿਆ ਦਾ ਜਿਹੜਾ ਨਾਮ 'ਤੇ ਖਾਤਾ ਹੁੰਦਾ ਉਹ ਸਾਡੇ ਨਾਮ 'ਤੇ, ਬਰਥ ਸਰਟੀਫਿਕੇਟ ਸਾਡੇ ਨਾਮ 'ਤੇ, ਆਧਾਰ ਕਾਰਡ ਸਾਡੇ ਨਾਮ 'ਤੇ, ਬੱਚੇ ਦੇ ਜਿਹੜੇ ਇੰਜੈਕਸ਼ਨ ਦੇ ਕਾਰਡ ਬਣੇ ਆ, ਹੋਸਪਿਟਲ ਦੇ ਡਾਕੂਮੈਂਟ ਸਾਡੇ ਨਾਮ 'ਤੇ, ਸਭ ਕੁਝ ਮੇਰੇ ਕੋਲ। ਹਰ ਮਹੀਨੇ ਦੀ ਉਹਦੀ ਫੋਟੋ ਜਦੋਂ ਦੀ ਉਹ ਪੈਦਾ ਹੋਈ ਸੀ, ਮੈਂ ਹਰ ਇੱਕ ਮਹੀਨਾ ਉਹਦਾ ਸੈਲੀਬ੍ਰੇਟ ਕੀਤਾ, ਉਹਦਾ ਫੰਕਸ਼ਨ ਕੀਤਾ, ਉਹਦਾ ਬਰਥਡੇ ਕੀਤਾ, ਉਹਦੇ ਮੁੰਨਾਂ ਨੇ ਕੀਤੇ, ਸਭ ਕੁਝ ਕੀਤਾ। ਨਹੀਂ ਹੁਣ ਕੋ ਲੈ ਕੇ ਗਏ ਹੋ? ਕੀ ਕਹਿੰਦੇ? ਮਿਲਦੇ ਵਰਤਦੇ ਨਹੀਂ, ਮਿਲਦੇ ਵਰਤਦੇ ਸਾਡੇ ਸਾਰੇ ਰਿਕਾਰਡ ਆ, ਤੁਸੀਂ ਕੋਲ ਰਿਕਾਰਡਿੰਗ ਤੋਂ ਚੜਾਓ। ਕੌਣ ਹੈਗੇ ਆ, ਕਿੱਥੋਂ ਦੇ ਰਹੇ ਨਾਲੇ? ਉਹ ਹੈਗੇ ਜੀ ਅੱਜ ਨਾਲ ਫਤਿਹਗੜ੍ਹ ਚੂੜੀਆ ਰੋਡ ਦੇ ਕੋਲ ਪਿੰਡ ਪੈਂਦਾ ਮੱਖੋਵਾਲ, ਉਹਦੇ ਕੋਲ ਉੱਥੇ ਰਹਿਣ ਵਾਲੇ ਹੈਗੇ। ਕੌਣ ਹੈਗੇ ਉਹ?
ਭੰਗ ਹੋ ਗਏ ਆ, ਠੀਕ ਹੈ ਜੀ। ਉਹਨਾਂ ਨੇ ਮੈਨੂੰ ਕਿੰਨੇ ਦਿਨ ਤੋਂ ਲਾਰਾ ਲਾ ਰਿਹਾ, ਅਸੀਂ ਅੱਜ ਬੱਚਾ ਤੁਹਾਡਾ ਹੀ ਹੈ, ਅਸੀਂ ਤੁਹਾਨੂੰ ਦੇ ਕੇ ਜਾ ਰਹੇ ਹਾਂ, ਬੱਚਾ ਤੁਹਾਡਾ, ਤੁਹਾਨੂੰ ਦੇ ਕੇ ਜਾ ਰਿਹਾ। ਮੇਰੇ ਕੋਲ ਕਾਲ ਰਿਕਾਰਡਿੰਗ ਵੀ ਹੈ ਜਿਸ ਵਿੱਚ ਬੋਲ ਰਿਹਾ ਕਿ ਬੱਚਾ ਤੁਹਾਡਾ, ਤੁਹਾਨੂੰ ਦੇ ਕੇ ਜਾ ਰਿਹਾ, ਪਰ ਉਹ ਬੱਚਾ ਸਾਨੂੰ ਨਹੀਂ ਦੇ ਕੇ ਗਿਆ। ਕਿਹੜੀ ਜਗ੍ਹਾ ਤੋਂ ਲੈ ਕੇ ਗਏ ਸੀ ਜੀ? ਸਾਡੀ ਕੋਈ ਸੁਣਵਾਈ ਨਹੀਂ। ਕਿਹੜੀ ਜਗ੍ਹਾ, ਕਿਹੜੀ ਕਿੱਥੋਂ ਗਏ ਬੱਚਾ? ਉਹ ਟ੍ਰਿਲੀਅਮ ਮਾਲ ਦੇ ਵਿੱਚੋਂ। ਕਿੰਨੀ ਤਰੀਕ ਨੂੰ ਲੈ ਕੇ ਗਏ? ਸੰਡੇ ਨੂੰ 11 ਤਰੀਕ ਨੂੰ। ਹਾਂਜੀ ਜੀ। ਪੂਰੀ ਸੀਸੀਟੀਵੀ ਫੁਟੇਜ ਉੱਤੇ ਮੌਜੂਦ ਆ। ਉਹ ਤੁਹਾਡੇ ਤੋਂ ਚੋਰੀਆਂ ਲੈ ਕੇ ਗਏ ਜਾਂ? ਹਾਂਜੀ, ਚੋਰੀ ਜਾਂਦੀ ਬਾਕੀ ਸਾਨੂੰ ਕੀ ਕਹਿ ਰਹੇ ਆ ਸੀ, ਤੁਸੀਂ ਉਹਨੂੰ ਮਾਂ ਨੂੰ ਮਿਲਣ ਤੋਂ ਚੰਗੀ ਤਰ੍ਹਾਂ ਅਸੀਂ 2 ਘੰਟੇ ਤੇ ਬੱਚਾ ਤੁਹਾਡੇ ਕੋਲ ਲੈ ਕੇ ਆ ਰਹੇ, ਘਰ ਕੋਲ ਆ ਰਹੇ, ਸਭ ਕੁਝ ਹੋ ਰਿਹਾ ਉਹਨਾਂ ਦਾ, ਅਸੀਂ ਹੁਣੇ ਲੈ ਕੇ ਆਏ, ਅਸੀਂ ਹੁਣੇ ਜਦੋਂ ਲੈ ਕੇ ਗਏ। ਕਿੰਨੀ ਤਰੀਕ ਦੀ ਗੱਲ ਹੈ? 11 ਤਰੀਕ। ਪ੍ਰਸ਼ਾਸਨ ਕੀ ਕਹਿੰਦਾ ਇਸ ਬਾਰੇ? ਦੀ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ? ਉਹ ਜਿਹੜਾ ਸਾਨੂੰ ਇੱਕੋ ਗੱਲ ਕਹੀ ਜਾਂਦਾ, ਉਹ ਤੁਸੀਂ ਉਹਨੂੰ ਡਾਕੂਮੈਂਟ ਨਹੀਂ ਬਣਾਇਆ ਯਾਰ, ਸਾਰੇ ਡਾਕੂਮੈਂਟ ਮੇਰੇ ਨਾਮ ਤੇ, ਮਤਲਬ ਜੰਮਣ ਵਾਲੀ ਸਭ ਕੁਝ, ਪਾਲਣ ਵਾਲੀ ਕੁਝ ਨਹੀਂ। 2 ਸਾਲ ਬਾਅਦ ਬੱਚਾ ਚੁੱਕੇ ਲੈ ਗਏ ਯਾਰ ਤੁਸੀਂ? ਬੱਚੇ ਨੂੰ ਮਿਲਣ ਲਈ ਦੇਖਿਆ ਨੀ ਆਪਾਂ ਬੱਚੇ ਨੂੰ, ਚਲੋ ਆਪਾਂ ਮਿਲਣਾ ਚਾਹੁੰਦੇ ਹਾਂ, ਵੀ ਇੰਨੇ ਵਜੇ ਤੁਸੀਂ ਟ੍ਰਿਲੀਅਮ ਮਾਲ ਪਹੁੰਚ ਜਾਓ। ਅਸੀਂ ਉਹਦੇ ਫਿਰ ਉਹ ਇਹਨਾਂ ਨੂੰ ਕਾਲ ਕੀਤੀ, ਸਰ ਆਪਾਂ ਨਿਕਲ ਗਏ ਹਾਂ, ਕਹਿੰਦੇ ਆਪਾਂ ਵੀ ਨਿਕਲ ਕੇ ਬਸ ਪਹੁੰਚਣ ਵਾਲੇ ਹਾਂ, ਆਪਾਂ ਕਿੱਥੇ, ਕਹਿੰਦੇ ਕਿੱਥੇ ਮਿਲ, ਮੈਂ ਐਸਾ ਕਰੋ ਫੂਡ ਪੁਆਇੰਟ ਉੱਪਰ ਆਇਓ, ਆਪਾਂ ਉੱਥੇ ਬੈਠ ਕੇ ਮਿਲ ਲੈਂਦੇ ਹਾਂ। ਇਹਨਾਂ ਨੇ ਮਿਲਣ ਆਏ ਵੇ, ਇਹਨਾਂ ਨੂੰ ਕਾਲ ਕੀਤੀ ਵੀ ਸਰ ਤੁਸੀਂ ਆਈ ਨਹੀਂ ਅਜੇ ਤੱਕ, ਬਸ ਤੁਹਾਡੇ ਕੋਲ ਹੀ 5 ਮਿੰਟ ਦੇ ਵਿੱਚ ਆ ਰਹੇ। ਚਲੋ ਆਏ ਵੇ, ਇਹਨਾਂ ਦੀ ਮਿਸੀ ਸੀ ਕਰਨ, ਅਮਰਵੀਰ ਸੀ ਔਰ ਕਰਮਜੀਤ ਹੈਗੀ ਸੀ, ਜਿਹੜੇ 2 ਜਾਣੇ ਪਹਿਲੇ ਆਏ। ਇਹਨਾਂ ਨੇ ਕਿਹਾ ਜਿਹੜੇ 2 ਜਾਣੇ ਆ ਨਾ, ਇਸ ਤੋਂ ਇਲਾਵਾ ਹੋਰ ਕੋਈ, ਇਹਨਾਂ ਨੇ ਇਹ ਵੀ ਕਿਹਾ ਕਿ ਕੋਈ ਹੋਰ ਜਾਣਾ ਇਹਨਾਂ ਨਾਲ, ਆਪਸੀ 2 ਜਾਣੇ ਮਿਲਣਾ ਚਾਹੁੰਦੇ ਹਾਂ। ਅਤੇ 2 ਜਾਣੇ ਆਏ ਪਹਿਲੇ, ਉਹਨਾਂ ਨੇ ਮਿਲਿਆ ਬੇਟੀ ਹੈ, ਚਲੋ ਉਹਨਾਂ ਨੇ ਉਠਾਇਆ ਵੇ, ਚਲੋ ਆਪਣਾ ਹਰ ਕਿਸੇ ਨੂੰ ਨਹੀਂ, ਜਾਂ ਬੇਟੀ ਹੈ, ਚਲੋ ਚੁੱਕਿਆ ਉਹਨਾਂ ਨੇ, ਹਾਂਜੀ ਆਏ ਕੋਈ ਚੀਜ਼ ਖਾਂਦੀ, ਕੈਂਡੀ ਵਗੈਰਾ ਕੋਈ ਹੈ ਨਹੀਂ, ਬਿਲਕੁਲ ਨਹੀਂ, ਚੋਕਲੇਟ ਵਗੈਰਾ ਖਾ ਲੈਣੇ ਖਾ ਲੈ। ਇਹਨਾਂ ਨੇ ਚੁੱਕਿਆ ਵੀ ਕੈਂਡੀ ਲੈਣ ਦੇ ਪਾਉਂਦੇ ਆ, ਕੁੜੀ ਨੂੰ ਲੈ ਕੇ ਉੱਥੋਂ ਨਿਕਲ ਕੇ ਜਿਹੜੇ ਉਹ ਹੈਗੇ ਅਮਰਵੀਰ, ਉਸ ਤੋਂ ਬਾਅਦ ਜਿਹੜੀ ਕੁੜੀ ਦਲਵਾਨ ਵੱਲ ਅਤੇ ਜੋਧਪੁਰ, ਉਹ ਸਾਡੇ ਕੋਲ ਇੱਕੋ ਦਮ ਆ ਗਏ, ਇਹਨਾਂ ਦਾ ਬ੍ਰਦਰ ਔਰ ਇਹਨਾਂ ਦਾ ਸਹੁਰਾ ਆ ਗਏ ਸਾਡੇ ਲਾਗੇ ਆ ਕੇ ਬੈਠ ਗਏ। ਜਦੋਂ ਤੁਹਾਨੂੰ ਕੁੜੀ ਉਹਨਾਂ ਨੇ ਦਿੱਤੀ ਸੀ, 2 ਸਾਲ ਤੁਸੀਂ ਪਾਲੀ ਆ, ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਮਿਲਦੇ ਵਰਤੇ ਰਹੇ ਜੀ, ਵੀਡੀਓ ਕਾਲ ਹੁੰਦੀ ਰਹੀ ਹੈ, ਵਟਸਐਪ ਦੇ ਮੈਸੇਜ ਵਗੈਰਾ ਕਰਦੇ ਰਹੇ, ਉਹਦੇ ਵਿੱਚ ਘਰ ਵੀ 2-3 ਵਾਰੀ ਸਾਡੇ ਆਏ ਵੇ, ਮੇਰੇ ਬ੍ਰਦਰ ਹੀ ਲਾ ਮਦਰ ਹੀ ਲਾ ਉਹਨਾਂ ਦੇ ਘਰ ਵੀ ਆਏ ਵੇ, ਸਭ ਕੁਛ ਹੁੰਦਾ ਰਿਹਾ। ਉਹਨਾਂ ਨੇ 2 ਸਾਲਾਂ 'ਚ ਉਹਨਾਂ ਨੇ ਕਦੀ ਤੁਹਾਨੂੰ ਇੱਦਾਂ ਦਾ ਜ਼ਿਕਰ ਕੀਤਾ ਹੈਗਾ ਵੀ ਕੁੜੀ ਸਾਨੂੰ ਦੇ ਦਿਓ ਵਾਪਸ? ਨਹੀਂ ਸਰ, ਇਹ ਕੁਛ ਨਹੀਂ ਗਿਆ, ਇਹ ਗੱਲ ਸਾਨੂੰ ਪਤਾ ਹੁੰਦੀ ਕਿ ਇਸ ਤਰ੍ਹਾਂ ਕਿ ਆਪਾਂ ਕੁੜੀ ਲੈ ਜਾਂਦੀ, ਆਪਾਂ ਕਿਉਂ ਲੈ ਕੇ ਜਾਂਦੇ? ਮੈਂ ਤੁਹਾਨੂੰ ਧੋਖੇ ਨਾਲ ਲੈ ਗਿਆ, ਧੋਖੇ ਨਾਲ ਇੱਕ ਭਰੋਸੇ ਨਾਲ ਗਏ ਕਿ ਮਿਲਦੇ ਪਏ, ਕਦੀ ਇਸ ਤਰ੍ਹਾਂ ਦੀ ਕੋਈ ਗਲਤੀ ਹੋਈ? ਐਸੇ ਸਰ ਇੱਕ ਬਹਾਨੇ ਸਰ ਆਏ ਕਿ ਪਹਿਲੇ ਕੈਂਡੀ ਦੇ ਬਹਾਨੇ ਨੀਚੇ ਲੈ ਗਏ, ਬਾਅਦ ਵਿੱਚ ਹੋ ਗਈ ਉਹ ਸਾਰਾ ਟੱਬਰ ਆ ਬੈਠਾ ਸਾਡੇ ਕੋਲ ਕਿ ਬੱਚੇ ਨੂੰ ਪੁੱਛਿਆ ਮਿੰਟ ਬਾਅਦ, 15-20 ਮਿੰਟ ਬਾਅਦ ਪੁੱਛਦੇ ਨੇ ਬੇਟਾ ਕਿੱਥੇ, ਉਹ ਗੁੜੀਆ ਕਿੱਥੇ ਵੇ, ਬਸ ਉਹ ਨੀਚੇ ਉਹ ਰਹੀ ਉਹ ਕਰਾ ਰਹੇ, ਸ਼ੋਪਿੰਗ ਕਰਵਾ ਰਹੇ, ਚੋਕਲੇਟ ਲੈ ਰਹੇ, ਇਹ ਕਦੇ ਸਰ ਇਹਨਾਂ ਨੇ ਕਿਨੈਪ ਬਾਹਰੋਂ ਬਾਹਰ 11 ਤਰੀਕ ਦੀ ਤੁਹਾਡੇ ਕੋਲੋਂ ਲੈ ਕੇ ਗਏ ਆ, ਉਸ ਤੋਂ ਬਾਅਦ ਤੁਹਾਨੂੰ ਮਿਲ ਨਹੀਂ ਦਿੱਤਾ ਉਹਨੇ? ਨਹੀਂ ਮਿਲਣ ਦਿੱਤਾ, ਬਸ ਵੀਡੀਓ ਕਾਲ ਕਰਦੇ ਨੇ, ਬਸ ਆ ਰਹੇ ਆ, ਘੰਟੇ ਵਿੱਚ ਆ ਰਹੇ ਆ, ਖਾਣਾ ਤੁਹਾਡੇ ਘਰ ਖਾਣਾ, 2 ਘੰਟੇ ਵਿੱਚ ਆ ਰਹੇ ਆ, ਸਰ ਜਿੱਥੋਂ ਮੈਂ ਰਿਪੋਰਟ ਕੀਤੀ ਹੈ, ਪਰ ਅੱਜ ਸੁਣਵਾਈ ਨਹੀਂ ਕਰ ਰਹੇ। ਪ੍ਰਸ਼ਾਸਨ ਉਸ ਬਾਰੇ ਤੁਹਾਡੇ ਕੋਲ ਕੰਪਲੇਂਟ ਦਿੱਤੀ ਗਈ ਹੈ ਜੀ? FIR ਅਸੀਂ ਇੱਕ ਐਪਲੀਕੇਸ਼ਨ ਲਿੱਤੀ, ਨਾ ਉਹ ਪਰਚਾ ਦਰਜ ਕਰੇ, ਕੁਛ ਨਹੀਂ ਕਰੇ, ਨਾ ਕੁਛ
ਪ੍ਰਸ਼ਾਸਨ ਕੀ ਕਹਿੰਦਾ? ਪਾਲਣ ਦੇ ਕਮੀ ਪੇਸ਼ੀ ਹੋਈ, ਜੇ ਬੱਚਾ ਨਾ ਹੋਵੇ ਕਿ ਬੱਚਾ ਨਹੀਂ ਸਹੀ ਪੜਦਾ ਪੈ ਜਾਂ ਉਹਦੀ ਕੋਈ ਕਮੀ ਪੇਸ਼ੀ ਤੇ ਬੰਦਾ ਕਹਿੰਦਾ ਵੀ ਚੰਗਾ ਲੱਗਦਾ। ਪ੍ਰਸ਼ਾਸਨ ਕੀ ਕਹਿੰਦਾ ਜੀ ਤੁਹਾਨੂੰ? ਬੱਚਾ ਨਹੀਂ ਕਹਿ ਰਹੇ ਜੀ, ਮੈਂ